ਹਾਂਜੀ ਗਾਈ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ ਹੋ ਸਾਰੇ? ਗਾਈਸ, ਟਾਈਮ ਹੋ ਚੁੱਕਿਆ ਜੀ ਸਵੇਰ ਦੇ 7:30। ਪਹਿਲਾਂ ਚੈੱਕ ਕਰੋ, ਠੰਡ ਕਰੋ ਯਾਰ, ਇੰਨੀ ਕੁ ਜ਼ਿਆਦਾ ਠੰਡ ਪੈ ਰਹੀ ਹੈ ਨਾ, ਪੂਰੀ ਧੁੰਦ ਦੀ ਧੁੰਦ ਹੋਈ ਪਈ ਹੈ ਸਾਰੀ। ਅਤੇ ਇੱਧਰ ਹੈ ਜੀ ਬੈਕ ਸਾਈਡ 'ਤੇ ਨਦੀ, ਅਤੇ ਨਦੀ ਦਾ ਪਾਣੀ ਇੰਨਾ ਕੁ ਜ਼ਿਆਦਾ ਚਿਲਡ ਵਾ, ਚੈੱਕ ਆਊਟ ਕਰ ਸਕਦੇ ਹੋ ਤੁਸੀਂ। ਅਤੇ ਕੱਲ੍ਹ ਹੀ ਪੋਹ ਦਾ ਮਹੀਨਾ ਚੜਿਆ ਸੀ ਅਤੇ ਅੱਜ ਧੁੰਦ ਸਟਾਰਟ ਹੋ ਚੁੱਕੀ ਹੈ, ਅਤੇ ਸੂਰਜ ਸਾਹਮਣੇ। ਅਤੇ ਹੁਣ ਆਪਾਂ ਚੱਲੇ ਹਾਂ ਘਰ ਵੱਲ। ਰਾਤ ਨੂੰ ਮੈਂ ਇੱਥੇ ਹੀ ਸੁੱਤਾ ਸੀਗਾ ਆਪਣੇ ਘਰ, ਅਤੇ ਹੁਣ ਆਪਣੇ ਘਰ ਚੱਲਿਆ ਦੂਜੇ ਵਾਲੇ ਘਰ, ਜੋ ਕਿ ਇੱਥੋਂ 2 ਕਿਲੋਮੀਟਰ ਦੂਰੀ 'ਤੇ ਹੈਗਾ। ਅਤੇ ਹਾਲੀ ਮੈਂ ਚਾਹ ਸ਼ਾਹ ਬਿਲਕੁਲ ਵੀ ਨਹੀਂ ਪੀਤੀ, ਤਾਂ ਹੁਣੇ ਹੀ ਉੱਠਿਆ ਯਾਰ, ਰੈਡੀ ਸ਼ੈਡੀ ਹੋਇਆ। ਅਤੇ ਹੁਣ ਚੱਲਦੇ ਹਾਂ ਜੀ, ਮੋਟਰਸਾਈਕਲ ਆਪਣਾ ਖੜਾ ਇੱਧਰ, ਹੁਣ ਤੁਹਾਨੂੰ ਮੋਟਰਸਾਈਕਲ ਦਿਖਾ ਦਈਏ। ਮੇਰੇ ਅੱਗੇ ਸਾਈਡ 'ਤੇ ਹਾਈਵੇ ਰੋਡ ਨੈਸ਼ਨਲ ਹੈ, ਆਹ ਦੇਖ ਸਕਦੇ ਹੋ ਤੁਸੀਂ, ਇਹ ਹੈਗਾ ਰੋਡ ਹੈਗਾ। ਅਤੇ ਆਪਣਾ ਸਪਲੈਂਡਰ ਅੰਦਰ ਖੜਾ ਕੀਤਾ ਸੀ ਰਾਤ ਨੂੰ, ਅਤੇ ਯਾਰ ਮੇਰੇ ਮੈਂ ਉੱਤੇ ਸੁੱਤਾ ਸੀ ਰਾਤ ਨੂੰ, ਮੈਂ ਸੋਚਿਆ ਕੋਈ ਲੈ ਕੇ ਨਾ ਚਲਾ ਜਾਏ, ਪਰ ਫਿਰ ਵੀ ਠੀਕ ਠਾਕ ਖੜਿਆ ਇੱਥੇ ਤਾਂ, ਪੂਰਾ ਠੰਡਾ ਹੋਇਆ ਪਿਆ। ਅਤੇ ਹੁਣ ਚੱਲਦੇ ਹਾਂ ਜੀ। ਲਓ ਜੀ, ਮੋਟਰਸਾਈਕਲ ਤਾਂ ਜ਼ਰੂਰ ਲੈ ਕੇ ਆ ਗਏ, ਪਰ ਆਪਣੀ ਕੀ ਮੇਨ ਚੀਜ਼ ਭੁੱਲ ਕੇ ਆ ਗਏ ਅੰਦਰ, ਗਲਵਸ ਦਸਤਾਨੇ। ਹੁਣ ਪਹਿਲਾਂ ਉਹਨੂੰ ਲੈ ਕੇ ਆਉਂਦੇ ਹਾਂ, ਅਤੇ ਫਿਰ ਚੱਲਦੇ ਹਾਂ ਵਾਪਸ। ਜੀ ਗਲਵਸ ਹੁਣ ਪਾ ਕੇ ਅਤੇ ਫਿਰ ਚੱਲਦੇ ਆਪਾਂ। ਮੈਨੂੰ ਕੀ ਲੱਗਦਾ ਕਿ ਮੇਰਾ ਸਪਲੈਂਡਰ ਇੱਥੋਂ ਸਿੱਧਾ ਚੜ੍ਹ ਜੂਗਾ, ਹੁਣ ਦੇਖਦੇ ਹਾਂ। ਵੈਸੇ ਤਾਂ ਉੱਧਰੋਂ ਵੀ ਇੱਕ ਰਹੇਗਾ ਉਸ ਸਾਈਡ 'ਤੇ, ਇੱਕ ਇੱਧਰੋਂ ਸਿੱਧਾ। ਹੁਣ ਦੇਖੋ ਇੱਧਰੋਂ ਹੀ ਚੱਲਦੇ ਹਾਂ ਯਾਰ, ਪੂਰੀ ਤਿਲਕਣ ਹੋਈ ਵੀ ਸਾਰੀ। ਲਓ ਜੀ, ਹੁਣ ਆਪਾਂ ਨੈਸ਼ਨਲ ਹਾਈਵੇ ਰੋਡ 'ਤੇ ਪਹੁੰਚ ਚੁੱਕੇ ਹਾਂ ਜੀ। ਮੈਂ ਇੱਥੋਂ ਤੁਹਾਨੂੰ ਆਪਣਾ ਘਰ ਦਿਖਾਉਂਦਾ। ਆਹ ਚੈੱਕ ਆਊਟ ਕਰੋ, ਮੈਂ ਉੱਧਰੋਂ ਆਇਆ ਸੀਗਾ, ਉਹ ਕਿਨਾਰੇ ਕਿਨਾਰੇ ਉੱਥੇ ਆਪਣਾ ਸਿਲੰਡਰ ਖੜ੍ਹਾ ਸੀ। ਅਤੇ ਹੁਣ ਆਪਾਂ ਚੱਲੇ ਹਾਂ ਜੀ, ਵੇਖੀ ਯਾਰ ਧੁੰਦ ਦੇਖੋ, ਅੱਗੇ ਕੁਛ ਦਿਖਾਈ ਨਹੀਂ ਦੇ ਰਿਹਾ ਹੈਗਾ। ਹੁਣ ਚੱਲਦੇ ਹਾਂ ਜੀ। ਛੋਟੇ ਛੋਟੇ ਵਲੋਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੈਂਕਸ ਫੋਰ ਵਾਚਿੰਗ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਵਿੱਚ। ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।